ਉਧਰ ਗੁਰਦਾਸਪੁਰ 'ਚ ਮੁਕਾਬਲਾ ਸਖਤ ਹੋ ਗਿਆ। ਸਾਰੀਆਂ ਧਿਰਾਂ ਦੱਬ ਕੇ ਚੋਣ ਪ੍ਰਚਾਰ ਕਰ ਰਹੀਆਂ ਨੇ। ਬੀਜੇਪੀ ਦੇ ਸਮਰਥਕ ਵੀ ਸਨੀ ਦਿਓਲ ਦਾ ਪ੍ਰਚਾਰ ਕਰ ਰਹੇ ਨੇ ਔਰ ਬੀਜੇਪੀ ਦੇ ਵਲੰਟੀਅਰ, ਕਿਉਂਕਿ ਉਹ ਬੀਜੇਪੀ ਦੇ ਨੇ, ਇਸ ਕਰਕੇ ਉਹ ਗਾ ਗਾ ਕੇ ਵੀ ਪ੍ਰਚਾਰ ਕਰ ਰਹੇ। ਸਾਰੇ ਅੱਗੇ ਅਪੀਲ ਕਰਦੀ ਹਾਂ ਆਪਣੇ ਭੈਣ ਭਰਾਵਾਂ ਮਾਵਾਂ ਮਾਤਾਵਾਂ ਤੋਂ ਅਤੇ ਆਪਣੇ ਛੋਟੇ ਵੀਰਾਂ 'ਤੇ ਅਤੇ ਨਾਲ ਹੀ ਆਪਣੇ ਬੱਚਿਆਂ 'ਤੇ ਕਿ ਜ਼ਰੂਰ ਘਰ ਤੋਂ ਬਾਹਰ ਨਿਕਲ ਕੇ ਵੋਟ ਪਾਉਣ। ਵੋਟ ਸਾਡਾ ਅਧਿਕਾਰ ਹੈ। ਸਾਡੀ ਵੋਟ ਨਾਲ ਪਤਾ ਨਹੀਂ ਕਿਹੜੀ ਕਿਸਮਤ ਜਾਗ ਜਾਣੀ, ਬਟ ਕਿਸਮਤ ਉਹਦੀ ਹੀ ਜਗਾਇਓ ਜਿਹੜਾ ਸਾਡੇ ਦੇਸ਼ ਦਾ ਭਵਿੱਖ ਦਾ ਸੰਭਾਲ ਸਕੇ, ਉਹ ਜਿਹੜੇ ਸਾਡੇ ਪੰਜਾਬ ਦਾ ਸੁਧਾਰ ਕਰ ਸਕੇ। ਮੈਂ ਕਿਸੇ ਨੂੰ ਨਹੀਂ ਕਹਿੰਦੀ ਕਿ ਵੋਟ ਤੁਸੀਂ ਕਿਹਨੂੰ ਪਾਉਣੀ ਕਿਹਨੂੰ ਨਹੀਂ, ਬਟ ਅੱਜ ਦੀ ਜਿਹੜੀ ਜਨਤਾ ਹੈ ਬਹੁਤ ਸਮਝਦਾਰ ਹੈ। ਸੋਚ ਸਮਝ ਕੇ ਵੋਟ ਪਾਉਣਾ ਕਿ ਕੱਲ੍ਹ ਤੋਂ ਤੁਹਾਨੂੰ ਪਛਤਾਉਣਾ ਨਾ ਪਏ ਅਤੇ ਸੜਕਾਂ ਦੇ ਉੱਪਰ ਧਰਨਾ ਨਾ ਲਗਾਉਣਾ ਪਏ। ਜੈ ਹਿੰਦ, ਜੈ ਭਾਰਤ। और लोगों को जागरूक करने के लिए मैं आर्टिस्ट वेलफेयर सोसाइटी का प्रेसिडेंट और आर्टिस्ट भी हूं और मेरे साथ युद्धवीर माल्टू जी सिने आर्टिस्ट हैं। हम घर घर में जाके लोगों को जागरूक कर रहे हैं जो कभी भी वोट डालने के लिए नहीं गए और जिनका इस बार पहली बार वोट डालना है, जो 18 साल के हुए हैं जिनके इस बार पहली बार जाना है, उन्हें भी हम ये कह रहे हैं कि आप वोट डालने ज़रूर जाएँ। उन्हें जागरूक करने के लिए हम जा रहे हैं क्योंकि उन्हें बता रहे हैं कि वोट का एक्चुअली क्या अहमियत है। जी, मैं बेंगा एक एक्टर होने के नाते मैं जनता को अपील करता हूं, पंजाब वासियों को अपील करता हूं कि वो लोकतंत्र का हिस्सा ज़रूर बने, बट मैं जनता को अपील करना चाहूँगा कि वो हर एक राजनीतिक पार्टी के मैनिफेस्टो पर गौर करें। हुण तुहानू दिखाउने आ सनी दिओल दा पंजाब नाल रिश्ता। सनी दिओल दे बापू जी धर्मिंदर सिंह दिओल दा संबंध पंजाब दे लुधियाणा शहर नाल है और ਲੁਧਿਆਣਾ ਸ਼ਹਿਰ ਦੇ ਡਾਂਗੋ ਪਿੰਡ ਵਿੱਚ ਉਹਨਾਂ ਦਾ ਪੁਰਾਣਾ ਘਰ ਵੀ ਹੈ। ਕੰਧਾਂ 'ਤੇ ਚਿੱਟੀ ਅਤੇ ਹਲਕੀ ਪੀਲੇ ਰੰਗ ਦੀ ਕਲੀ ਹੋਈ ਹੈ। ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਧਰਮਿੰਦਰ ਸਿੰਘ ਦਿਓਲ ਦੇ ਮੁਹੱਲੇ ਦੀਆਂ ਤਸਵੀਰਾਂ ਨੇ। ਇੱਥੋਂ ਹੀ ਧਰਮਿੰਦਰ ਸਿੰਘ ਦਿਓਲ ਮੁੰਬਈ ਗਏ ਸੀ ਔਰ ਸਨੀ ਦਿਓਲ ਦਾ ਜਨਮ ਵੀ ਇਸੇ ਥਾਂ 'ਤੇ ਹੋਇਆ ਸੀ। ਸੋ ਪਿੰਡ ਡਾਂਗੋ ਦੇ ਵਿੱਚ ਹੀ ਦੱਸਿਆ ਜਾ ਰਿਹਾ ਕਿ ਸਨੀ ਦਿਓਲ ਦਾ ਜਨਮ ਹੋਇਆ ਸੀ। ਸੋ ਸਨੀ ਦਿਓਲ ਨੂੰ ਇਸ ਪਿੰਡ ਦੇ ਲੋਕ ਵੀ, ਉਹਨਾਂ ਦੇ ਰਿਸ਼ਤੇਦਾਰ ਵੀ ਸ਼ੁਭਕਾਮਨਾਵਾਂ ਦੇ ਰਹੇ ਨੇ। ਉਧਰ ਬੀਬੀ ਨਵਜੋਤ ਕੌਰ ਸਿੱਧੂ ਵੀ ਸੈਲੀਬ੍ਰਿਟੀ ਨੇ ਅਤੇ ਉਹ ਬਠਿੰਡੇ ਜਾ ਪੁੱਜੇ ਨੇ। ਰਾਜਾ ਵੜਿੰਗ ਦੇ ਹੱਕ ਵਿੱਚ ਉਹਨਾਂ ਨੇ ਚੋਣ ਪ੍ਰਚਾਰ ਕੀਤਾ, ਜਾਂ ਇੰਝ ਕਹਿ ਲਈਏ ਉਹਨਾਂ ਨੇ ਬਾਦਲਾਂ ਦੇ ਖਿਲਾਫ ਚੋਣ ਪ੍ਰਚਾਰ ਕੀਤਾ, ਕਿਉਂਕਿ ਬੀਬੀ ਹਰਸਿਮਰਤ ਕੌਰ ਦੀ ਬਾਦਲ 'ਤੇ ਬਾਦਲਾਂ ਦਾ ਵਿਰੋਧ ਜ਼ਿਆਦਾ ਰਿਹਾ। ਬੀਬੀ ਹਰਸਿਮਰਤ ਕੌਰ ਬਾਦਲ ਨੇ ਥਾਂ ਥਾਂ 'ਤੇ ਮੀਟਿੰਗਾਂ ਕੀਤੀਆਂ, ਚੋਣ ਰੈਲੀਆਂ ਕੀਤੀਆਂ। ਬੀਬੀ ਨਵਜੋਤ ਕੌਰ ਸਿੱਧੂ ਦੀਆਂ ਚੋਣ ਰੈਲੀਆਂ ਵਿੱਚ ਬਠਿੰਡੇ ਵਿੱਚ ਭਰਵਾਂ ਇਕੱਠ ਵੇਖਿਆ ਗਿਆ। ਇਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਬਾਦਲ ਪਰਿਵਾਰ ਦਾ ਅਤੇ ਸਿੱਧੂ ਜੋੜੇ ਦਾ 36 ਦਾ ਅੰਕੜਾ ਹੈ। ਬਾਦਲ ਪਰਿਵਾਰ ਅਤੇ ਮਜੀਠੀਆ ਪਰਿਵਾਰ ਲਗਾਤਾਰ ਨਵਜੋਤ ਸਿੰਘ ਸਿੱਧੂ ਨੂੰ ਗੱਦਾਰ ਅਤੇ ਪਾਕਿਸਤਾਨ ਦਾ ਏਜੰਟ ਆਖਦਾ ਰਿਹਾ ਅਤੇ ਨਵਜੋਤ ਸਿੱਧੂ ਜੋੜਾ ਹਮੇਸ਼ਾ ਬਾਦਲਾਂ 'ਤੇ ਇਸ ਗੱਲ ਦਾ ਅਟੈਕ ਕਰਦੇ ਰਹੇ ਕਿ ਇਹਨਾਂ ਨੇ ਪੰਜਾਬ ਦਾ ਵਿਨਾਸ਼ ਕੀਤਾ। ਇਹ ਇਲਜ਼ਾਮ ਸਿੱਧੂ ਜੋੜੇ ਦੇ ਸੀ। ਬੀਬੀ ਨਵਜੋਤ ਕੌਰ ਸਿੱਧੂ ਨੇ ਅੱਜ ਥਾਂ ਥਾਂ 'ਤੇ ਕੀ ਕਿਹਾ, ਇੱਕ ਝਲਕ ਤੁਹਾਨੂੰ ਸੁਣਾ ਦਈਏ। ਜੇ ਮੈਂ ਅੱਜ ਇੱਥੇ ਆਈ ਹਾਂ ਤਾਂ ਮੈਂ ਉਸ ਜਗ੍ਹਾ 'ਤੇ ਪੈਰ ਰੱਖਦੀ ਹਾਂ ਜਿੱਥੇ ਮੈਨੂੰ ਵਿਸ਼ਵਾਸ ਹੋਵੇ ਵੀ ਬਾਅਦ 'ਚ ਇੱਕ ਤਾਂ ਉੱਥੇ ਦਾ ਜਿਹੜਾ ਲੀਡਰ ਹੋਵੇ ਉਹ ਮੈਨੂੰ ਲੱਗੇ ਕਿ ਇਮਾਨਦਾਰੀ ਦੇ ਨਾਲ ਲੋਕਾਂ ਦੀ ਸੇਵਾ ਕਰੇਗਾ, ਮੈਂ ਤਾਂ ਉਹ ਲੀਡਰਾਂ ਦੇ ਨਾਲ ਆਪਣੇ ਆਪ ਨੂੰ ਉਹਨਾਂ ਦੇ ਨਾਲ ਚੱਲਦੀ ਹਾਂ। ਇੱਥੇ ਵਾਲੇ ਇਲਾਕੇ ਦੀ ਜਿੰਨੀ ਵੀ ਸਮੱਸਿਆ ਹੋਊਗੀ ਮੈਂ ਰਾਜਾ ਦੇ ਨਾਲ ਅੱਜ ਜਿੱਥੇ ਜਿੱਥੇ ਉਹਦੇ ਨਾਲ ਜਾਊਂਗੀ ਇਨਸ਼ੋਰ ਕਰੂੰਗੀ ਵੀ ਉਹ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਪਰਸਨਲ
ਵੈਸੇ ਵੀ ਮੈਂ ਪਹਿਲਾਂ ਵੀ ਕਰਦੀ ਹਾਂ, ਪਰ ਸਪੈਸ਼ਲ ਇਹ ਵਾਲੇ ਕੈਂਡੀਡੇਟਸ ਲਈ ਜਿਨ੍ਹਾਂ ਲਈ ਮੈਂ ਆਈ ਹਾਂ, ਇਹ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਜਿੰਨੀ ਸਮੱਸਿਆਵਾਂ ਹੈ ਉਹਨਾਂ ਨੂੰ ਪਰਸਨਲੀ ਆ ਕੇ ਹੈਂਡਲ ਕਰਾਂ। ਇਹ ਇਕੱਲੀ ਇਲੈਕਸ਼ਨ ਲਈ ਨਹੀਂ ਮੈਂ ਆਈ, ਮੈਂ ਬਾਅਦ 'ਚ ਵੀ, ਕਿਉਂਕਿ ਇਹ ਇਲਾਕਾ ਮੈਨੂੰ ਹੁਣ ਬਹੁਤ ਪਿਆਰਾ ਹੋ ਗਿਆ, ਕਿਉਂਕਿ ਇਹ ਇਲਾਕੇ ਤੋਂ ਮੈਨੂੰ ਕਿਹਾ ਗਿਆ ਸੀ ਚੋਣ ਲੜਨ ਲਈ, ਪਰ ਸਮੇਂ ਬੜਾ ਘੱਟ ਸੀ। ਮੇਰੇ ਹਸਬੈਂਡ ਆਲ ਇੰਡੀਆ ਕਰ ਰਹੇ ਹੈ ਤਾਂ ਮੈਨੂੰ ਲੱਗਿਆ ਕਿ ਮੈਂ ਇਨਸਾਫ ਨਹੀਂ ਕਰ ਪਾਊਂਗੀ, ਕਿਉਂਕਿ ਮੇਰਾ ਇੱਕ ਘਰ ਅੰਮ੍ਰਿਤਸਰ ਹੈ, ਇੱਕ ਚੰਡੀਗੜ੍ਹ ਹੈ, ਤਾਂ ਮੈਨੂੰ ਮੈਂ ਇਹੋ ਜਿਹੀ ਸੇਵਾ ਨਹੀਂ ਕਰ ਸਕਦੀ ਜਿੱਥੇ ਮੈਂ ਵਿੱਚ ਰਵਾਂ ਨਾ। ਸੋਚਿਆ ਵੀ ਜਦੋਂ ਮੇਰੇ ਤਾਂ ਮੇਰਾ ਬੱਚਾ ਹੀ ਹੈ ਜਿਹੜਾ ਮੇਰੇ ਤੋਂ ਤਕੜਾ ਹੋ ਕੇ ਕੰਮ ਕਰੂ, ਲੋਕਾਂ 'ਚ ਰਹਿ ਕੇ ਕੰਮ ਕਰੂਗਾ, ਇਨਸਾਨੀਅਤ ਉਹਦੇ 'ਚ ਜਾਗ ਮਤਲਬ ਜਗਰੂਪ ਹੈਗੀ ਹੈ। ਸਭ ਤੋਂ ਵੱਡਾ ਸਬਕ ਸਿਖਾਉਣਾ ਚਾਹੁੰਦੇ ਹਾਂ ਉਹ ਝੂਠੇ ਲੋਕਾਂ ਨੂੰ ਜਿਨ੍ਹਾਂ ਨੇ ਪੰਥ ਦੇ ਨਾਮ 'ਤੇ ਲੋਕਾਂ ਨੂੰ ਲੁੱਟਿਆ, ਉਹ ਇਹ ਗੁੰਡਾ ਦਲ ਜਿਨ੍ਹਾਂ ਨੇ ਪੰਥ ਦੇ ਨਾਮ 'ਤੇ ਲੁੱਟਿਆ, ਗੁਰਦੁਆਰਾ ਸਾਹਿਬ ਦੇ ਪੈਸੇ ਇਸਤੇਮਾਲ ਕਰਕੇ ਇਲੈਕਸ਼ਨਾਂ ਲੜੀਆਂ, ਨਸ਼ਾ ਵੰਡਿਆ, ਆਪਣੀਆਂ ਸੇਵਾ ਕੀਤੀਆਂ, ਆਪਣੇ ਢਿੱਡ ਭਰੇ, ਜਿੰਨੇ ਪੈਸੇ ਆਪ ਕਮਾਏ ਜੇ ਉਨੇ ਪੈਸੇ ਪੰਜਾਬ 'ਤੇ ਲਾਤੇ ਹੁੰਦੇ ਅੱਜ ਪੰਜਾਬ ਦਾ ਨਕਸ਼ਾ ਹੋਰ ਹੁੰਦਾ। ਉੱਧਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਵਿੱਚ ਕਾਂਗਰਸ 'ਤੇ ਤਿੱਖਾ ਸਿਆਸੀ ਹਮਲਾ ਕੀਤਾ। ਉਹਨਾਂ ਨੇ ਬੀਬੀ ਨਵਜੋਤ ਕੌਰ ਸਿੱਧੂ ਦਾ ਨਾਂ ਤਾਂ ਨਹੀਂ ਲਿਆ ਪਰ ਕਾਂਗਰਸ ਨੂੰ ਲਪੇਟੇ ਵਿੱਚ ਲਿਆ। ਉਹਨਾਂ ਕਿਹਾ ਕਿ ਲੋਕਾਂ ਨੇ ਕਾਂਗਰਸ ਖਿਲਾਫ਼ ਤਖਤੀਆਂ ਲਾਈਆਂ ਨੇ ਕਿ ਤੁਸੀਂ ਵਾਅਦੇ ਪੂਰੇ ਨਹੀਂ ਕੀਤੇ, ਤੁਸੀਂ ਵੋਟਾਂ ਮੰਗਣ ਨਾ ਆਇਓ। ਉਹਨਾਂ ਕਿਹਾ 2 ਸਾਲਾਂ ਵਿੱਚ ਹੀ ਲੋਕ ਕਾਂਗਰਸ ਦੀ ਸਰਕਾਰ ਤੋਂ ਅੱਕ ਗਏ ਨੇ। ਉਹਨਾਂ ਫਿਰ ਮੰਡੀਆਂ ਦਾ ਮੁੱਦਾ ਚੱਕਿਆ, ਅੱਜ ਕੱਲ੍ਹ ਬੀਬੀ ਹਰਸਿਮਰਤ ਕੌਰ ਮੰਡੀਆਂ 'ਚ ਜਾ ਰਹੇ ਨੇ ਕਿਉਂਕਿ ਚੋਣ ਪ੍ਰਚਾਰ ਦਾ ਵੇਲਾ ਹੈ। ਜਿਨ੍ਹਾਂ ਤਪਾਇਆ ਹੈ 2.5 ਸਾਲਾਂ 'ਚ, ਹੁਣ ਆਪਦੇ ਜ਼ੋਰ ਤੇ ਜ਼ਬਰ ਤੇ ਕੁਰਸੀ ਦਾ ਜ਼ੋਰ ਇਸਤੇਮਾਲ ਕਰਨਗੇ, ਲੇਕਿਨ ਲੋਕਾਂ ਦੇ ਜ਼ੋਰ ਦੇ ਥੱਲੇ ਸਰਕਾਰ ਨੂੰ ਝੁਕਣਾ ਪਊਗਾ। ਤੇ ਜਿਹੜਾ 2.5 ਸਾਲਾਂ 'ਚ ਕੀਤਾ ਜੇ ਤਾਂ ਮੁਲਾਜ਼ਮ ਇਹਨਾਂ ਦੇ ਖਿਲਾਫ਼ ਹੋਏ ਨੇ, ਗਰੀਬਾਂ ਦੇ ਵਿੱਚ ਵੜ ਕੇ ਦਿਖਾਉਣ, ਕਿਸਾਨਾਂ ਦੇ ਨੌਜਵਾਨਾਂ ਦੇ ਵਿੱਚ ਵੜ ਕੇ ਦਿਖਾਉਣ। 13 ਦੀ 13 ਸੀਟਾਂ 'ਚ ਜ਼ਬਤ ਹੋਏਗੀ ਕਾਂਗਰਸੀਆਂ ਦੀ ਜ਼ਮਾਨਤ। ਮੈਂ ਲੋਕਾਂ ਨੂੰ ਅਪੀਲ ਕਰਦੀ ਹਾਂ, ਜਦ ਇਹ ਕਾਂਗਰਸੀ ਜ਼ੁਰਤ ਕਰਨਗੇ ਤੁਹਾਡੇ ਵਿੱਚ ਆਉਣ ਵਾਸਤੇ, ਉਹ ਸਾਰੀ ਚੀਜ਼ਾਂ ਦੇ ਸਵਾਲ ਪੁੱਛਣਾ ਜਿਹੜੇ ਵਾਅਦੇ ਕੀਤੇ ਸੀ, ਤਾਂ ਹਰੇਕ ਤੋਂ ਮੁੱਕਰ ਕੇ ਤੁਹਾਡੀ ਸਾਰੀ ਸਹੂਲਤਾਂ ਖੋਲ੍ਹ ਦਿੱਤੀਆਂ ਨੇ ਆਪਣੇ ਵਿਹੜਿਆਂ 'ਚ, ਆਪਣੇ ਪਿੰਡਾਂ 'ਚ। ਇਹਨਾਂ ਨੂੰ ਵੜਨ ਵੀ ਨਹੀਂ ਦਿੱਤਾ ਜਾਣਾ ਚਾਹੀਦਾ ਹੈ, ਜਦੋਂ ਤੋਂ ਇਹ ਆਪਣੇ ਪੂਰੇ ਵਾਅਦੇ ਨਹੀਂ ਕਰਦੇ ਜਿਹੜਾ ਇਹਨਾਂ ਨੇ 2 ਸਾਲ ਪਹਿਲੇ ਕੁਰਸੀ ਦੇ ਲਾਲਚ ਵਿੱਚ ਕੀਤੇ ਸੀ। ਹਾਂ, ਉਹ ਤਾਂ ਹੈਗਾ, ਘਬਰਾਏ ਹੋਏ ਹੈਗੇ, ਜਿਹਦੇ ਕਰਕੇ ਜਿਨ੍ਹਾਂ ਨੇ ਪਹਿਲੇ ਕਦੇ ਬਠਿੰਡੇ 'ਚ ਆਪਦੀ ਸ਼ਕਲਾਂ ਨਹੀਂ ਦਿਖਾਈਆਂ, ਆ ਜੋ ਆਪਦੇ ਹਲਕੇ ਤੋਂ ਭਗੌੜੇ ਹੋ ਕੇ ਬਠਿੰਡੇ ਆਏ ਨੇ। ਚਲੋ ਜੀ, ਆਇਆਂ ਨੂੰ ਘੱਟ ਤੋਂ ਘੱਟ ਜਿੰਨੇ ਵੱਧ ਆਣਗੇ ਉਨੇ ਵੱਧ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਜੋਗੇ ਹੋਣਗੇ। ਰੁੱਖ ਫਤਿਹਗੜ੍ਹ ਸਾਹਿਬ ਦਾ ਕਰਦੇ ਹਾਂ। ਅਮਰੀਕਾ ਵਿੱਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਦੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਔਰ ਇਸ ਪਿੰਡ ਵਿੱਚ ਹਰ ਕੋਈ ਦੁਖੀ ਹੈ। ਅਮਰੀਕਾ ਦੇ ਓਹਾਇਓ ਵਿੱਚ ਗੋਲੀਆਂ ਮਾਰ ਕੇ ਪਰਿਵਾਰ ਦਾ ਕਤਲ ਕਰ ਦਿੱਤਾ ਗਿਆ ਸੀ। ਪਰਿਵਾਰ ਦੇ ਜੱਦੀ ਪਿੰਡ ਵਿੱਚ ਇੱਥੇ ਉਹਨਾਂ ਦੀ ਜ਼ਮੀਨ ਜਾਇਦਾਦ ਹੈ, ਰਿਸ਼ਤੇਦਾਰ ਨੇ। ਹਾਲਾਂਕਿ ਅਮਰੀਕਾ ਦੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਰਿਸ਼ਤੇਦਾਰ ਇਨਸਾਫ ਵੀ ਚਾਹੁੰਦੇ ਨੇ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਵੀ ਚਾਹੁੰਦੇ ਨੇ, ਪਰ ਹਰ ਕੋਈ ਦੁਖੀ ਹੈ। ਉਂਝ ਤਾਂ ਦੁਨੀਆ ਭਰ ਦੇ ਪੰਜਾਬੀ ਦੁਖੀ ਨੇ। ਆਸ ਕਰਾਂਗੇ ਕਿ ਜਲਦ ਇਸ ਮਾਮਲੇ ਦਾ ਖੁਲਾਸਾ ਹੋਵੇ। ਮੈਂ ਫਤਿਹ ਬੁਲਾਈ ਉਹਨਾਂ ਨੂੰ ਮੰਨੀ ਵੀ ਤੁਸੀਂ ਕੀ ਕਰਦੇ, ਮੈਂ ਭਾਈ ਅਸੀਂ ਬਾਹਰ ਕੰਮ ਕਰਦੇ ਹਾਂ, ਵੀ ਸਾਡਾ ਕਹਿੰਦੀ ਘਰ ਦਾ ਮੈਂ ਤਿਆਰੀ ਕਰਾ ਦਿੱਤੀ, ਸਿਲੰਡਰ ਭਰਾ ਤਾ, ਬਾਕੀ ਤੁਹਾਡੀ ਆਉਣ ਦੇ ਇੰਤਜ਼ਾਰ ਆ ਵੀ ਮੈਂ 1 ਤਰੀਕ ਨੂੰ ਔਰ ਆਪਣੇ ਰਾਤ ਨੂੰ 12 ਵਜੇ ਅਸੀਂ ਤੁਹਾਡੇ ਕੋਲ ਦਿੱਲੀ ਪਹੁੰਚ ਜਾਵਾਂਗੇ। ਵੀ ਅਸੀਂ ਗੱਡੀ ਲੈ ਕੇ ਜਾਣਾ ਤੇ ਜੀ, ਆ ਪਹਿਲਾਂ ਹੀ ਉਹ ਹੋ ਗਿਆ। ਤੁਸੀਂ ਕਦੋਂ ਕਦੋਂ ਦੇਖ ਰੇਖ ਕਰਦੇ ਹੋ ਮੈਂ ਤਾਂ ਜੀ ਮਤਲਬ ਕਿੰਨੇ ਸਾਲ ਹੋ ਗਏ ਮੈਨੂੰ? 2 ਦੇ ਕਰ ਰਹੇ ਹੋ ਜੀ? ਸਨ 2 ਮੇਰੀ 20 ਦਿਨ ਪਹਿਲਾਂ ਗੱਲ ਹੋਈ ਸੀ ਵੀ ਕਹਿੰਦਾ ਮੈਂ ਇੰਡੀਆ ਆਉਣਾ ਚਾਹੁੰਦਾ ਵੀ ਆ ਜਾਂਦਾ। ਮੈਂ ਵੀ ਆ ਗਿਆ ਭਾਈ, ਇੱਥੇ ਰਹਿ ਸਾਡੇ ਕੋਲ ਆ ਕੇ ਰਹਿ ਸਾਡੇ ਨਾਲ ਵੀ ਅਸੀਂ ਹਰ ਮਦਦ ਕਰਨ ਨੂੰ ਤਿਆਰ ਹਾਂ, ਜਿੱਕਣ ਤੂੰ ਕਹਿੰਦਾ ਰੋਟੀ ਪਾਣੀ ਸੇਵਾ ਪਏ ਇਹ ਸਿਆਸੀ ਚਲੇ ਜਾਂਦੇ।
ਅੱਛਾ ਉੱਥੇ ਕੀ ਕਰਦੇ ਸੀਗੇ? ਇਹ ਪੰਪ ਦੇ ਮੈਨੇਜਰ ਸੀਗੇ। ਅੱਛਾ ਇਹ ਦੱਸੋ ਵੀ ਇਹਨਾਂ ਦੀ ਜਿਹੜੀ ਜ਼ਮੀਨ ਹੈਗੀ ਹੈ ਕਿੱਥੇ ਕਿੱਥੇ ਹੈਗੀ ਹੈ? ਮਾਧਿਆ ਕਿੰਨੀ ਕੁ ਹੈਗੀ? ਮਾਧਿਆ 10 ਏਕੜ ਜ਼ਮੀਨ ਮਾਧਿਆ ਜੀ। ਅੱਛਾ ਜੀ। ਬਾਕੀ ਉੱਥੇ 50 ਉੱਥੇ ਨਾਲ ਕਿਉਂਕਿ ਬੰਨ ਸੇ 50 ਜੀ ਉੱਥੇ ਦਰਿਆ ਦੇ ਕੰਢੇ। ਅੱਛਾ ਤੁਹਾਨੂੰ ਕੀ ਪਤਾ ਲੱਗਿਆ, ਕਿਵੇਂ ਤੁਹਾਨੂੰ ਪਤਾ ਲੱਗਿਆ ਹੈਗਾ ਵੀ ਜਿਹੜੀ ਇਹ ਕਿਹੜੀ ਘਟਨਾ ਹੋਈ ਸੀ? ਇਹ ਘਟਨਾ ਬਾਰੇ ਸਾਨੂੰ ਉੱਥੋਂ ਹੀ ਪਤਾ ਲੱਗਿਆ ਵੀ ਬੰਦਿਆਂ ਨੇ ਵੀ ਸਾਡੇ ਨਾਲ ਉੱਥੇ ਮੈਂ ਆਹ ਭਾਣਾ ਪਾਈ ਹੋ ਚੁੱਕਿਆ ਜੀ ਇਹ। ਅੱਛਾ। ਉੱਧਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨੀਸ਼ ਤਿਵਾੜੀ ਅਤੇ ਅਕਾਲੀ ਦਲ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਵਿਚਾਲੇ ਵੀ ਤਿੱਖੀ ਸ਼ਬਦੀ ਜੰਗ ਚੱਲ ਰਹੀ ਹੈ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਤਾਜ਼ਾ ਬਿਆਨ ਹੈ, ਵੱਡਾ ਵਿਵਾਦ ਵੀ ਹੋ ਗਿਆ। ਚੰਦੂ ਮਾਜਰਾ ਕਹਿੰਦੇ ਨੇ ਕਿ ਮਨੀਸ਼ ਤਿਵਾੜੀ ਨਹੀਂ, ਮਨੀਸ਼ ਜਗਾੜੀ ਹੈ, ਜਿਸ ਦਾ ਇੰਜਣ ਕੋਈ ਹੋਰ ਹੈ ਅਤੇ ਬਾਡੀ ਕੋਈ ਹੋਰ ਹੈ। ਉੱਧਰ ਮਨੀਸ਼ ਤਿਵਾੜੀ ਨੇ ਕਿਹਾ ਕਿ ਚੰਦੂ ਮਾਜਰਾ ਤਾਂ ਐਵੇਂ ਕਮਲੀਆਂ ਮਾਰ ਰਿਹਾ ਬੁਖਲਾਹਟ 'ਚ। ਸੋ ਸਿਆਸੀ ਲੜਾਈ ਦੇ ਵਿੱਚ ਜ਼ੁਬਾਨਾਂ ਕੌੜੀਆਂ ਹੋ ਗਈਆਂ ਨੇ। ਡਰ ਇਸ ਗੱਲ ਦਾ ਹੈ ਕਿ ਕਿਤੇ ਲੀਡਰ ਹੱਥੋਂ ਪਾਈ ਨਾ ਹੋ ਜਾਣੇ, ਇਸੇ ਕਰਕੇ ਸੁਰੱਖਿਆ ਦਿੱਤੀ ਗਈ ਹੈ। ਚੰਦੂ ਮਾਜਰਾ ਜੀ ਕਮਲੀਆਂ ਮਾਰਦੇ ਨੇ, ਉਹਨਾਂ ਕੋਲ ਆਪਣੀ ਕਾਰਗੁਜ਼ਾਰੀ ਦੇ ਨਾਂ 'ਤੇ ਕੁਛ ਕਹਿਣ ਨੂੰ ਨਹੀਂ ਹੈ। ਪਿਛਲੇ 5 ਸਾਲ 'ਚ ਇੱਕ ਵੱਡਾ ਕੰਮ ਗਣਾ ਦੇਣ ਵਿਕਾਸ ਦਾ, ਜਿਹੜਾ ਉਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਾਸਤੇ ਕੀਤਾ ਹੈ, ਤਾਂ ਹੀ ਲੋਕ ਉਹਨਾਂ ਨੂੰ ਹਰ ਜਗ੍ਹਾ ਗੋ ਬੈਗ ਦੇ ਨਾਅਰੇ ਲਾਉਂਦੇ ਨੇ, ਤਾਂ ਹੀ ਉਹ ਵੀਡੀਓ ਵਾਇਰਲ ਹੋ ਰਹੇ ਨੇ ਵੀ ਲੋਕਾਂ ਨੂੰ ਕਹਿੰਦੇ ਨੇ ਮੈਨੂੰ ਇੱਥੇ ਬੁਲਾ ਕੇ ਝੋਨਾ ਲਵਾਉਣਾ ਸੀਗਾ। ਐਵੇਂ ਹੀ ਕਮਲੀਆਂ ਮਾਰਦਾ ਹੈ, ਬੁਖਲਾਇਆ ਹੋਇਆ। ਮਨੀਸ਼ ਤਿਵਾੜੀ ਜੀ ਬਾਰੇ ਨਹੀਂ ਕਹਿ ਸਕਦਾ, ਮਤਲਬ ਆਮ ਲੋਕ ਕਹਿੰਦੇ ਵੀ ਮਨੀਸ਼ ਤਿਵਾੜੀ ਜੀ ਨਹੀਂ ਹੈ, ਤਾਂ ਮਨੀਸ਼ ਜਗਾੜੀ ਨੇ। ਇਹ ਜਗਾੜ ਲੜਾ ਕੇ ਜਿਹਦੇ ਪਿਤਾ ਜੀ ਨੇ ਉਦੋਂ ਡੇਢ ਲਈ ਜਗਾੜ ਇਹਨੇ ਲੜਾਇਆ ਹੋਇਆ। ਜਗਾੜ ਕਿਹਨੂੰ ਕਹਿੰਦੇ ਜਿਹਦੇ ਇੰਜਣ ਬਖੋਰ ਹੋਵੇ, ਬਾਡੀ ਬਖੋਰ ਹੋਵੇ? ਅਤੇ ਇਸ ਤਰ੍ਹਾਂ ਦੇ ਲੋਕਾਂ ਨੇ ਇਹ ਕਹਿਣਾ, ਮਤਲਬ ਅਫਸਰ ਨੇ ਜਾਂ ਹੋਰ ਤਿਵਾੜੀ ਕਹਿ ਰਹੀ। ਅਤੇ ਉੱਧਰ ਸੰਗਰੂਰ ਵਿੱਚ ਸੁਖਦੇਵ ਸਿੰਘ ਢੀਂਡਸਾ ਦੀ ਪਤਨੀ ਬੀਬੀ ਹਰਜੀਤ ਕੌਰ ਨੇ ਵੱਡਾ ਖੁਲਾਸਾ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਸੁਖਦੇਵ ਢੀਂਡਸਾ ਇਸ ਕਰਕੇ ਮੈਦਾਨ ਵਿੱਚ ਨਹੀਂ ਆ ਰਹੇ ਕਿਉਂਕਿ ਉਹ ਬਿਮਾਰ ਨੇ। ਸੋ ਉਹਨਾਂ ਕਿਹਾ ਕਿ ਉਹ ਕਾਫੀ ਜ਼ਿਆਦਾ ਬਿਮਾਰ ਨੇ, ਤੁਹਾਨੂੰ ਸੁਣਾਉਂਦੇ ਹਾਂ ਬੀਬੀ ਹਰਜੀਤ ਕੌਰ ਨੇ ਕੀ ਕਿਹਾ। ਬੀਬੀ ਹਰਜੀਤ ਕੌਰ ਨੇ ਤਿੱਖੇ ਸ਼ਬਦੀ ਹਮਲੇ ਕੀਤੇ ਭਗਵੰਤ ਮਾਨ 'ਤੇ ਵੀ, ਆਓ ਸੁਣਦੇ ਹਾਂ ਬੀਬੀ ਹਰਜੀਤ ਕੌਰ ਦੀ ਗੱਲ। ਦੇਖੋ ਮੇਰੀ ਗੱਲ ਸੁਣੋ, ਕਈ ਵਾਰ ਨਾ ਜਿਹੜੇ ਉਹਦੇ ਚੁਟਕਲੇ ਨੇ, ਉਹਦੇ ਗੀਤ ਨੇ, ਗੀਤ ਉਹ ਬੱਚੇ ਗੀਤਾਂ ਦੇ ਉੱਤੇ ਭਰਮਾ ਜਾਂਦੇ ਨੇ, ਜਿਵੇਂ ਫੁੱਲਾਂ 'ਤੇ ਭੌਰ ਘੁੰਮਦਾ, ਠੀਕ ਹੈ, ਜਿਵੇਂ ਫੁੱਲਾਂ 'ਤੇ ਭੌਰ ਘੁੰਮਦਾ ਨਾ, ਬੱਚੇ ਐਂ ਘੁਮਾ ਜਾਂਦੇ ਨੇ ਗੀਤਾਂ ਦੇ ਉੱਤੇ, ਖੁਸ਼ ਹੋ ਜਾਂਦੇ ਨੇ ਗੀਤਾਂ ਨੂੰ ਦੇਖ ਕੇ। ਸੋ ਉਹ ਬੱਚਿਆਂ ਨੂੰ ਆਪਦੇ ਅਜੇ ਭਵਿੱਖ ਦਾ ਨਹੀਂ ਪਤਾ ਵੀ ਇਹਨੇ ਸਾਡਾ ਜਾ ਕੇ ਕੀ ਕਰਨਾ। ਹੁਣ 5 ਸਾਲ ਉੱਥੇ ਰਿਹਾ, ਬੱਚੇ ਪੁੱਛਣ ਉਹਨੂੰ ਵੀ ਤਾਂ ਸਾਡਾ ਉੱਥੇ ਕੀ ਕਰਿਆਗਾ, ਸਾਡਾ ਉਹ ਸਾਡੇ ਵਾਸਤੇ ਕੀ ਕਰਿਆ, ਤਾਂ ਤੈਨੂੰ ਜਿੱਤਿਆ ਕੇ ਭੇਜਿਆ ਸੀ, ਸਵੇਰ ਤੋਂ ਲਾ ਕੇ ਮੋਟਰਸਾਈਕਲ ਉਹਦੇ ਨਾਲ, ਸ਼ਾਮ ਤੱਕ ਉਹਨੂੰ ਘਰ ਵਾੜ ਕੇ ਆਉਂਦੇ ਬੱਚੇ। ਕਿਉਂ ਬੱਚਿਆਂ 'ਚ ਉਤਸ਼ਾਹ ਤੀ, ਨਵੀਂ ਨੌਜਵਾਨ ਹੈ, ਖੂਨ ਹੈ ਉਹਨੂੰ, ਚੰਗੇ ਮਾੜੇ ਦਾ ਬੱਚਿਆਂ ਨੂੰ ਪਤਾ ਨਹੀਂ ਕਿ ਉਹ ਬੱਚੇ ਨੇ, ਬੱਚੇ ਤਾਂ ਬੱਚੇ ਹੀ ਨੇ ਨਾ। ਲੈ ਦੱਸ ਉਹ ਗੱਲ ਸੁਣ, ਹਰੇਕ ਪਿੰਡ 'ਚ 2 ਕਮਰੇ ਬਣਾ ਤੇ ਉਹਨੇ, 2 ਕਮਰਿਆਂ ਨਾਲ ਉਹ ਸਕੂਲ ਬਣ ਗਿਆ। ਅਸੀਂ ਤਾਂ ਪਤਾ ਨਹੀਂ ਕਿੰਨੇ ਕੁ ਸਕੂਲ ਅਪਗ੍ਰੇਡ ਕਰਾਏ ਨੇ, ਕਿੰਨੇ ਕੁ ਕਾਲਜ ਬਣਾਏ ਨੇ ਪਰਵਿੰਦਰ ਨੇ, ਡਿਸਪੈਂਸਰੀਆਂ ਬਣਾ ਤੀਆਂ। ਲਹਿਰੇ ਦੇ ਵਿੱਚ ਇੱਕ ਵੀ ਟੀਚਰ ਨਹੀਂ ਹੁੰਦਾ ਸੀ ਸਕੂਲ 'ਚ, ਸਾਰੇ ਸਕੂਲ ਟੀਚਰਾਂ ਨਾਲ ਭਰੇ ਪਏ ਨੇ, ਇੰਨੇ ਕੰਮ ਕਰੇ ਨੇ ਪਰਵਿੰਦਰ ਸਿੰਘ ਢੀਂਡਸਾ ਨੇ। ਐਂ ਤਾਂ ਹੁਣ ਬੋਲਣ ਨੂੰ ਕੁਛ ਵੀ ਕਹੇ ਤੇ ਕੋਈ ਮੈਂ ਐਂ ਕਰੀ, ਉਹ ਤਾਂ ਮਿੰਟ 'ਚ ਪੈਸੇ ਹੜੱਪੜਨਾ ਮਾਰ, ਆਪਦੀ ਘਰ ਵਾਲੀ ਨੂੰ ਵੀ ਤਲਾਕ ਦੇ ਤਾ, ਮੈਂ ਕਹਿੰਦਾ ਹੜੱਪੜੇ ਤੇ ਉਹਦੇ ਉਸਦੇ ਪਾਰਟੀ ਦੇ ਪੈਸੇ, ਕਹਿੰਦਾ ਮੈਂ ਤਾਂ ਘਰ ਵਾਲੀ ਨੂੰ ਤਲਾਕ ਦੇ ਤਾ। ਵੀ ਦੱਸੋ ਜੇ ਤਾਂ ਤਾਈ ਦੇ ਤਾ, ਤੂੰ ਹੁਣ ਮੇਨ ਬੰਦਾ ਇਹਨਾਂ ਨੇ ਚੁਣਿਆ ਹੈਗਾ, ਤਾਂ ਸਾਡੀਆਂ ਬੀਬੀਆਂ ਦਾ ਕੀ ਹੋਊਗਾ, ਸਾਡੀਆਂ ਬੀਬੀਆਂ ਨੂੰ ਕੌਣ ਸਾਂਭੂ?
ਉਹ ਤਾਂ ਫਿਰ ਸਾਰੇ ਹੀ ਘਰ ਵਾਲੇ ਤਲਾਕ ਦੇਣ ਲੱਗ ਜਾਣਗੇ ਜੇ ਤਾਂ ਦੇ ਤਾਂ। ਉਧਰ ਪਰਮਿੰਦਰ ਸਿੰਘ ਢੀਂਡਸਾ ਦੀ ਧਰਮ ਪਤਨੀ ਬੀਬੀ ਗਗਨਦੀਪ ਕੌਰ ਢੀਂਡਸਾ ਵੀ ਸਰਗਰਮ ਹੋ ਗਏ ਨੇ। ਉਹਨਾਂ ਨੇ ਧੂਰੀ ਵਿਖੇ ਦਫ਼ਤਰ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਢੀਂਡਸਾ ਪਰਿਵਾਰ ਨੇ ਸੰਗਰੂਰ ਦੀ 40 ਸਾਲ ਸੇਵਾ ਕੀਤੀ ਹੈ, ਇਸ ਕਰਕੇ ਲੋਕ ਸਾਥ ਦੇਣਗੇ। ਅੱਜ ਅਸੀਂ ਧੂਰੀ ਦੇ ਵਿੱਚ ਅਕਾਲੀ BJP ਦੇ ਆਫਿਸ ਦਾ ਉਦਘਾਟਨ ਕੀਤਾ ਹੈ। ਇੱਥੇ ਮੈਂ ਤਾਂ ਸੋਚਿਆ ਸੀ ਛੋਟੀ ਜਿਹੀ ਮੀਟਿੰਗ ਹੋਊਗੀ, ਤੁਸੀਂ ਸਭ ਨੇ ਦੇਖਿਆ ਤਾਂ ਇੱਥੇ ਰੈਲੀ ਵਰਗਾ ਰੂਪ ਧਾਰਨ ਕਰ ਲਿਆ, ਕਿਉਂਕਿ ਸਾਰੇ ਹਲਕੇ ਵਿੱਚ ਸਭ ਨੂੰ ਬਹੁਤ ਉਤਸ਼ਾਹ ਹੈ ਪਰਮਿੰਦਰ ਜੀ ਦੀ ਨਮਰਤਾ ਨੂੰ ਅਤੇ ਵਿਕਾਸ ਪੁਰਖ ਨੂੰ ਦੇਖ ਕੇ ਹੋਏ ਉਹਨਾਂ ਨੇ ਪਰਮਿੰਦਰ ਜੀ ਨੂੰ ਪਾਰਲੀਮੈਂਟ 'ਚ ਪਹੁੰਚਾਉਣਾ ਹੈ। ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਚੱਲ ਰਿਹਾ ਆਪਣਾ? ਦੇਖੋ ਬਹੁਤ ਜਿੱਥੇ ਵੀ ਮੈਂ ਪਿੰਡਾਂ 'ਚ ਜਾਂਦੀ ਹਾਂ ਅਕਾਲੀ ਦਲ ਦੀ ਵੋਟ ਤਾਂ ਖੜੀ ਆ, ਪਰਮਿੰਦਰ ਜੀ ਦੇ ਕੰਮਾਂ ਨੂੰ ਵੇਖ ਕੇ ਹੋਏ। ਜਦੋਂ ਮੈਨੂੰ ਬੀਬੀਆਂ ਇਹ ਗੱਲ ਕਹਿੰਦੀਆਂ ਅਸੀਂ ਕਾਂਗਰਸੀ ਸੀ ਪਰ ਪਰਮਿੰਦਰ ਜੀ ਦੀ ਛਵੀ ਨੂੰ ਦੇਖ ਕੇ ਹੋਏ ਇਸ ਵਾਰੀ ਅਸੀਂ ਵੋਟ ਪਰਮਿੰਦਰ ਜੀ ਨੂੰ ਪਾਉਣੀ ਹੈ। ਤੁਸੀਂ ਆਪੇ ਦੇਖ ਲਓ ਕਿੰਨਾ ਉਤਸ਼ਾਹ ਹੈ ਸਾਰਿਆਂ 'ਚ। ਢੀਂਡਸਾ ਪਰਿਵਾਰ ਦੀ ਇੱਕ ਪੋਲਿਸੀ ਆ, ਹਮੇਸ਼ਾ ਵੱਡੇ ਢੀਂਡਸਾ ਸਾਹਿਬ ਨੇ ਵੀ ਪਰਮਿੰਦਰ ਜੀ ਨੇ ਵੀ ਇੱਕੋ ਗੱਲ ਕਹੀ ਆ ਕਿ ਨਿੱਜੀ ਗੱਲ ਨਹੀਂ ਕਰਨੀ ਚਾਹੀਦੀ, ਜਿਹੜੀਆਂ ਵੋਟਾਂ ਹੈ ਉਹ ਕੰਮਾਂ 'ਤੇ ਤੁਹਾਡੇ ਕੰਮ ਬੋਲਣੇ ਚਾਹੀਦੇ ਆ। ਉਹ ਵੀ ਉਮੀਦਵਾਰ ਆ, ਹਰ ਕਿਸੇ ਨੇ ਆਪਣੀ ਗੱਲ ਰੱਖਣੀ ਆ, ਪਰ ਮੈਨੂੰ ਲੱਗਦਾ ਜਿਹੜਾ ਵੋਟਰ ਬਹੁਤ ਸਮਝਦਾਰ ਆ ਉਹ ਪਰਖਦਾ ਦੇਖਦਾ ਕਿ ਸਾਡੀ ਵੋਟ ਅਸੀਂ ਕਿਹਨੂੰ ਪਾਉਣੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ GK ਨੇ ਕਿਹਾ ਹੈ ਕਿ ਸੱਜਣ ਕੁਮਾਰ ਤੋਂ ਬਾਅਦ ਟਾਈਟਲਰ ਵੀ ਜੇਲ੍ਹ ਜਾਣਗੇ। ਉਹਨਾਂ ਕਿਹਾ ਕਿ 84 ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਸਭ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ। ਉਹਨਾਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਸਰਨਾ ਭਰਾਵਾਂ 'ਤੇ ਵੀ ਮੁੜ ਇਲਜ਼ਾਮ ਦੁਹਰਾਏ। ਦੇਖੋ, ਸੱਜਣ ਕੁਮਾਰ ਅੰਦਰ ਗਿਆ, ਟਾਈਟਲਰ ਦੇ ਖਿਲਾਫ ਮੈਂ ਸਬੂਤਾਂ ਸਮੇਤ ਇੱਕ ਵੀਡੀਓ ਕਲਿੱਪ ਜਾਰੀ ਕੀਤੀ ਸੀ, ਸਟ੍ਰਿੰਗ ਜਾਰੀ ਕੀਤੀ ਸੀਗੀ, ਉਹਦੇ ਉੱਤੇ ਟਾਈਟਲਰ ਨੇ ਮੇਰੇ 'ਤੇ ਮੁਕੱਦਮਾ ਦਰਜ ਕੀਤਾ। ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਉਸੇ ਕੇਸ ਦੇ ਵਿੱਚ ਹੀ ਟਾਈਟਲਰ ਬੜੀ ਛੇਤੀ ਸਲਾਖਾਂ ਦੇ ਪਿੱਛੇ ਜਾਏਗਾ। ਔਰ ਇਸ ਤੋਂ ਇਲਾਵਾ ਜਿਹੜੇ ਹੋਰ ਛੋਟੇ ਮੋਟੇ ਲੀਡਰ ਨੇ, ਅੱਜ ਜਮਾਨਤਾਂ ਮਿਲ ਗਈਆਂ, ਕੱਲ੍ਹ ਕਿਤੇ ਨਾ ਕਿਤੇ ਅਣਗਹਿਲੀ ਰਹਿ ਗਈ ਹੈ, ਉਹ ਜਮਾਨਤਾਂ ਨਹੀਂ ਮਿਲਣੀਆਂ ਚਾਹੀਦੀਆਂ ਸੀ। ਅਗਰ ਇੱਦਾਂ ਜਿਸ ਤਰੀਕੇ ਨਾਲ ਅਸੀਂ ਇਹ 35 ਸਾਲ ਲੜਾਈ ਲੜੀਏ, ਲੋਕ ਤਾਂ ਆਖਣ ਲੱਗ ਪਏ ਸੀ 84 ਭੁੱਲ ਜਾਓ, ਕੋਈ ਵਿਸ਼ਵਾਸ ਹੀ ਨਹੀਂ ਕਰਦਾ ਸੀਗਾ ਕਿ ਕਦੇ ਸੱਜਣ ਕੁਮਾਰ ਅੰਦਰ ਜਾਏਗਾ। ਲੇਕਿਨ ਜਿਸ ਤਰੀਕੇ ਨਾਲ ਅਸੀਂ ਇਹ 35 ਸਾਲ ਪੈਰਵਾਈ ਕੀਤੀ ਆ, ਸਾਡੇ 'ਤੇ ਇਲਜ਼ਾਮ ਲੱਗਦੇ ਰਹੇ ਕਿ ਅਸੀਂ ਸਿਆਸਤ ਕਰਦੇ ਹਾਂ, ਅਸੀਂ ਇਸ ਨੂੰ ਇਲੈਕਸ਼ਨ ਸਟੰਟ ਬਣਾਉਂਦੇ ਹਾਂ। ਜਿੱਦਣ ਨੀਂਹ ਪੱਥਰ ਰੱਖਦੇ ਹਾਂ ਅਸੀਂ 84 ਦੀ ਯਾਦਗਾਰ ਦਾ, ਸੱਚ ਦੀ ਕੰਧ ਦਾ, ਉੱਦਣ ਵੀ ਸਵਾਲ ਹੋਏ ਕਿ ਇਹਨਾਂ ਨੇ ਬਣਾਉਣਾ ਨਹੀਂ, ਅੱਜ ਸੱਚ ਦੀ ਕੰਧ ਤੁਹਾਡੇ ਸਾਹਮਣੇ ਬਣ ਕੇ ਤਿਆਰ ਹੈ। ਅੱਜ ਸੱਜਣ ਕੁਮਾਰ ਦਾ ਅੰਦਰ ਜਾਣਾ ਇੱਦਾਂ ਹੀ ਹੈ ਕਿ ਹਰਿਦੁਆਰ ਤੋਂ ਹੱਟੀਆਂ ਮੁੜ ਕੇ ਵਾਪਸ ਆ ਜਾਣ। ਮੈਂ ਸਮਝਦਾ ਵਾਂ ਅਸੀਂ ਇਹ ਤਨਦੇਈ ਨਾਲ ਲੜਾਈ ਲੜੀ ਹੈ, ਕਿਤੇ ਨਾ ਕਿਤੇ ਜੇ ਕੋਈ ਅਣਗਹਿਲੀ ਹੋਈ ਉਹ ਦੇਖਣੀ ਪੈਗੀ, ਨਹੀਂ ਤਾਂ ਇਹ ਵੀ ਹੋ ਸਕਦਾ ਕਿ ਸਾਰੇ ਬੰਦੇ ਨਾਲ ਛੁੱਟ ਜਾਣ, ਜਿਵੇਂ ਹਥੇਲੀ 'ਚ ਮੁੱਠੀ 'ਚੋਂ ਰੇਤ ਉਂਗਲਾਂ 'ਚੋਂ ਖਿਸਕ ਜਾਂਦੀ ਹੈ। ਇਸ ਤਰੀਕੇ ਨਾਲ ਇਹ 35 ਸਾਲ ਦੀ ਮਿਹਨਤ ਖੁਰਦ ਬੁਰਦ ਨਾ ਹੋ ਜਾਵੇ, ਇਸ 'ਤੇ ਕੌਮ ਨੂੰ ਇੱਕਜੁੱਟ ਹੋ ਕੇ ਸਿਆਸਤ ਤੋਂ ਪਰੇ ਹੋ ਕੇ ਜੋੜ ਲੈਣਾ ਪਏਗਾ। ਉੱਧਰ ਇੱਕ NRIs 'ਤੇ ਆਧਾਰਿਤ ਡੈਲੀਗੇਸ਼ਨ ਦਿੱਲੀ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਪੰਜਾਬ ਪਹੁੰਚ ਗਿਆ। NRIs ਦਾ ਇਹ ਡੈਲੀਗੇਸ਼ਨ ਪੰਜਾਬ ਵਿੱਚ ਕਾਂਗਰਸ ਲਈ ਪ੍ਰਚਾਰ ਕਰੇਗਾ। ਦਿੱਲੀ ਕਾਂਗਰਸ ਆਫਿਸ ਤੋਂ NRIs ਦੀ ਇੱਕ ਵਿਸ਼ੇਸ਼ ਬੱਸ ਰਵਾਨਾ ਕੀਤੀ ਗਈ ਹੈ ਜੋ ਪੰਜਾਬ ਅਤੇ ਹਰਿਆਣਾ ਦੀਆਂ ਰੈਲੀਆਂ ਵਿੱਚ ਪ੍ਰਚਾਰ ਕਰਨਗੇ। ਸੋ USA ਤੋਂ ਮਹਿੰਦਰ ਸਿੰਘ ਗਿਲਜੀਆਂ ਵੀ ਆਏ ਨੇ, ਬਲਵਿੰਦਰ ਸਿੰਘ ਗੁਰਦਾਸਪੁਰੀ ਵੀ ਆਏ ਨੇ। ਸੋ ਉਹ ਸਿੱਧੇ ਗੁਰਦਾਸਪੁਰ 'ਚ ਡੇਰਾ ਲਾਉਣਗੇ ਅਤੇ ਸੰਨੀ ਦਿਓਲ ਦੇ ਨਲਕੇ ਦਾ ਜਵਾਬ ਦੇਣਗੇ। ਪੰਜਾਬ ਹਰਿਆਣਾ ਦੋਨੋਂ ਮੈਂ ਪ੍ਰਚਾਰ ਕਰਾਂਗੇ। ਪਹਿਲੇ ਹਮ ਸਾਊਥ ਮੈਂ ਗਏ ਥੇ, ਅਸੀਂ ਅੱਜ ਸ਼ੁਰੂ ਕਰ ਰਹੇ ਹਾਂ ਦਿੱਲੀ ਤੋਂ ਹਰਿਆਣਾ, ਹਰਿਆਣਾ ਤੋਂ ਪੰਜਾਬ, ਫਿਰ ਹਿਮਾਚਲ। ਇਹ 4 ਸਟੇਟਾਂ 'ਚ ਅਸੀਂ ਪ੍ਰਚਾਰ ਕਰਾਂਗੇ। ਦਿੱਲੀ ਤੋਂ ਸ਼ੁਰੂ ਕਰ ਰਹੇ ਹਾਂ ਅੱਜ, ਅਤੇ 3 ਦਿਨ ਲਾਵਾਂਗੇ ਦਿੱਲੀ, ਫਿਰ ਹਰਿਆਣਾ, ਫਿਰ ਪੰਜਾਬ, ਫਿਰ ਹਿਮਾਚਲ। ਇਹ 30 ਕੰਟਰੀਆਂ 'ਚ ਸਾਡੇ ਜੁੜ ਨੇ। ਮੈਂ ਅਮਰੀਕਾ ਜੁੜ ਦਾ ਪ੍ਰਧਾਨ ਹਾਂ, ਬਾਕੀ 29 ਕੰਟਰੀਆਂ ਤੋਂ, ਜਿਸ ਤਰ੍ਹਾਂ ਆਸਟ੍ਰੇਲੀਆ, ਕੈਨੇਡਾ, ਯੂਰਪ ਦੇ ਸਾਰੇ ਕੰਟਰੀ,
ਦੁਬਈ ਸਾਰੀ ਕੰਟਰੀਆਂ ਤੋਂ ਆਏ ਨੇ ਅਤੇ ਆਪਣੇ ਆਪਣੇ ਹਲਕਿਆਂ 'ਚ ਜਾ ਕੇ ਪ੍ਰਚਾਰ ਕਰਾਂਗੇ ਅਸੀਂ। ਥੋੜ੍ਹਾ ਪੰਜਾਬੀ ਵਿੱਚ ਥੋੜ੍ਹਾ ਯੂਕੇ ਤੋਂ ਯੂਰਪ ਤੋਂ ਤਕਰੀਬਨ 500 to 700 ਲੋਕ ਕਾਂਗਰਸ ਦੇ ਲਈ ਪ੍ਰਚਾਰ ਕਰ ਰਹੇ ਨੇ। ਪਹਿਲਾਂ ਸਾਊਥ ਇੰਡੀਆ ਦੇ ਵਿੱਚ ਕੀਤਾ, ਅਸੀਂ ਵੀ ਸਾਰੇ ਤੇਲੰਗਾਨਾ ਦੇ ਵਿੱਚ, ਕਰਨਾਟਕਾ ਦੇ ਵਿੱਚ, ਕੇਰਲਾ ਦੇ ਵਿੱਚ, ਇੰਡੀਅਨ ਓਵਰਸੀਜ਼ ਕਾਂਗਰਸ ਯੂਕੇ ਦੀਆਂ ਟੀਮਾਂ ਵੱਖ ਵੱਖ ਕੰਟਰੀਆਂ ਤੋਂ ਆ ਕੇ ਪ੍ਰਚਾਰ ਕੀਤਾ। ਫਿਰ ਜਿੱਦਾਂ ਪੰਜਾਬ ਦੇ ਵਿੱਚ 2017 ਦੀਆਂ ਚੋਣਾਂ 'ਚ ਜਾਂ 2002 ਦੀਆਂ ਚੋਣਾਂ ਦੇ ਵਿੱਚ ਇੱਕ ਸਫਲ ਜਿਹੜੀ ਕੰਪੇਨ ਸੀ NRI ਐਕਸਪ੍ਰੈਸ ਬੱਸ, ਪਹਿਲਾਂ ਹੋ ਚੁੱਕੀ ਹੈ ਕੈਂਪੇਨ ਸਫਲ, ਉਹਨੂੰ ਅੱਜ ਲਾਂਚ ਕੀਤਾ ਗਿਆ। ਸਾਡੇ ਇੰਡੀਅਨ ਓਵਰਸੀਜ਼ ਕਾਂਗਰਸ ਚੇਅਰਮੈਨ ਸੈਮ ਪਟੋਡਾ ਜੀ ਨੇ ਇਹ ਕੈਂਪੇਨ ਲਾਂਚ ਕੀਤੀ ਆ। ਇਹ ਰਾਜਸਥਾਨ, ਹਰਿਆਣਾ, ਪੰਜਾਬ, ਹਿਮਾਚਲ ਦੇ ਵੱਖ ਵੱਖ ਕੰਸਟੀਚੁਐਂਸੀਆਂ ਦੇ ਵਿੱਚ ਅਗਲੇ 3 ਹਫ਼ਤੇ ਸਾਰੇ NRI ਪ੍ਰਚਾਰ ਕਰਨ। ਉਧਰ ਸੁਖਬੀਰ ਸਿੰਘ ਬਾਦਲ ਆਪਣੀਆਂ ਰੈਲੀਆਂ ਵਿੱਚ, ਚੋਣ ਮੀਟਿੰਗਾਂ ਵਿੱਚ ਅਫਸਰਾਂ ਨੂੰ ਵੀ ਚੇਤਾਵਨੀਆਂ ਦੇ ਰਹੇ ਨੇ। ਇਹ ਸੁਖਬੀਰ ਬਾਦਲ ਦੀ ਪੁਰਾਣੀ ਆਦਤ ਹੈ, ਸੁਖਬੀਰ ਬਾਦਲ ਅਕਸਰ ਚੇਤਾਵਨੀ ਦਿੰਦੇ ਨੇ ਅਤੇ ਜਦੋਂ ਸਰਕਾਰ ਆ ਜਾਂਦੀ ਹੈ ਫਿਰ ਹਿਸਾਬ ਕਿਤਾਬ ਕਰਦੇ ਨੇ। ਸੁਖਬੀਰ ਬਾਦਲ ਕਹਿੰਦੇ ਨੇ ਕਿ ਸਾਡੀ ਸਰਕਾਰ ਬਣੀ ਤਾਂ ਸਖ਼ਤ ਕਾਰਵਾਈ ਕਰਾਂਗੇ। ਉਹਨਾਂ ਕਿਹਾ ਕਿ ਸਰਕਾਰ ਬਣਨ ਦੇ 2 ਸਾਲ ਅੰਦਰ ਅਸੀਂ ਪੂਰਾ ਵਿਕਾਸ ਕਰ ਦਾਂਗੇ, ਸਕੂਲ, ਕਾਲਜ ਅਤੇ ਸੀਵਰੇਜ ਬਣਾ ਦਿਆਂਗੇ। ਫਿਰੋਜ਼ਪੁਰ ਦੀ ਗੱਲ ਸੁਖਬੀਰ ਬਾਦਲ ਨੇ ਕੀਤੀ ਹੈ। ਸੰਗਰੂਰ ਵਿੱਚ ਜੇ ਭਗਵੰਤ ਮਾਨ ਮੁਕਾਬਲੇ 'ਚ ਨੇ ਤਾਂ ਸਿਮਰਨਜੀਤ ਸਿੰਘ ਮਾਨ ਵੀ ਮੁਕਾਬਲੇ 'ਚ ਨੇ। ਇੱਕ ਵਾਰੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਰਹਿ ਵੀ ਚੁੱਕੇ ਨੇ, ਸੋ ਉਹਨਾਂ ਨੂੰ ਵੀ ਭਰੋਸਾ ਹੈ ਕਿ ਲੋਕ ਸਾਡੇ ਵਾਲੇ ਪਾਸੇ ਵੀ ਵੇਖਣਗੇ। ਬਰਨਾਲਾ 'ਚ ਉਹਨਾਂ ਨੇ ਵੀ ਆਪਣਾ ਦਫ਼ਤਰ ਖੋਲ੍ਹਿਆ, ਹੋਰ ਕੀ ਕਿਹਾ ਉਹ ਸੁਣਦੇ ਹਾਂ। ਦੇਖੋ, ਪ੍ਰੈਸ ਨੂੰ ਸਾਰਾ ਪਤਾ ਹੁੰਦਾ, ਤੁਹਾਨੂੰ ਸਾਰਾ ਪਤਾ ਕੀ ਹੋ ਰਿਹਾ। ਇਹ ਕੋਈ ਵੀ ਪਾਰਟੀ ਜਿੰਨੀਆਂ ਵੀ ਇੱਥੇ ਖੜੀਆਂ ਉਹ ਆਪਣੀਆਂ ਪੈਲੇਸਿਸ ਦੇ ਵਿੱਚ 94 ਬੰਦੇ ਇਕੱਠੇ ਕਰਕੇ ਆਪਣੀਆਂ ਮੀਟਿੰਗ ਕਰ ਰਹੀਆਂ। ਇੱਕੋ ਇੱਕ ਪਾਰਟੀ ਹੈ ਜਿਹੜੀ ਮੈਦਾਨ ਦੇ ਵਿੱਚ ਜਾਂਦੀ ਹੈ ਅਤੇ ਲੋਕਾਂ ਦੇ ਨਾਲ ਪ੍ਰਚਾਰ ਕਰਦੀ ਹੈ, ਉਹ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਜੇ ਇਹਦੇ 'ਚ ਝੂਠ ਹੈ ਤੁਸੀਂ ਆਪ ਦੱਸ ਦਿਓ ਕਿ ਤੂੰ ਠੀਕ ਨਹੀਂ ਹੈ। ਸਾਰੀਆਂ ਪਾਰਟੀਆਂ ਪੈਲੇਸਿਸ ਦੇ ਵਿੱਚ ਵੜ ਗਈਆਂ, ਬਾਹਰ ਆਉਂਦੀਆਂ ਨਹੀਂ। ਸਾਰਿਆਂ ਨੂੰ ਇਹ ਲੋਕ ਕਹਿੰਦੇ ਤੁਸੀਂ ਕੀਤਾ ਕੀ ਹੈ, ਕਾਲੇ ਝੰਡੇ ਉਹਨਾਂ ਨੂੰ ਦਿਖਾਈ ਜਾ ਰਹੇ ਹੈ ਅਤੇ ਪੈਲੇਸਾਂ ਬੁੱਕ ਹੋਈਆਂ ਹੋਈਆਂ, ਉਹ ਤੁਹਾਨੂੰ ਪਤਾ ਹੈਗਾ। ਹੁਣ ਜੇ ਤੁਸੀਂ ਇਹ ਟਕਸਾਲੀ ਅਤੇ ਬਾਦਲ ਦਲੀ ਇਹ ਕਹਿਣਗੇ ਕਿ ਅਸੀਂ ਜਿੱਤ ਕੇ ਮੋਦੀ ਨੂੰ ਪ੍ਰਾਈਮ ਮਿਨਿਸਟਰ ਦੇਖਣਾ ਚਾਹੁੰਦੇ ਹਾਂ ਤਾਂ ਲੋਕ ਨਹੀਂ ਚਾਹੁੰਦੇ, ਫਿਰ ਤੁਸੀਂ ਆਪ ਹੀ ਦੱਸ ਦਿਓ ਕਿ ਉਹ ਤਾਂ ਮਾਯੂਸ ਮਹਿਸੂਸ ਕਰਨਗੇ ਕਿ ਸਾਡੀ ਗੱਲ ਚੱਲ ਨਹੀਂ ਰਹੀ। ਅਸੀਂ ਕਹਿ ਰਹੇ ਹਾਂ ਕਿ ਮੋਦੀ ਪ੍ਰਾਈਮ ਮਿਨਿਸਟਰ ਬਣੇ, ਟਕਸਾਲੀ ਵੀ ਕਹਿ ਰਹੇ ਹੈ, ਬਾਦਲ ਦਲੀ ਵੀ ਕਹਿ ਰਹੇ ਹੈ, BJP ਵੀ ਕਹਿ ਰਹੀ ਹੈ,
ਅਤੇ ਉਹਦਾ ਰਿਸਪੋਂਸ ਨਹੀਂ ਮਿਲ ਰਿਹਾ ਅਤੇ ਉਹ ਇਹ ਮਾਯੂਸ ਹੋ ਗਏ ਆ, ਸਿੱਧੀ ਗੱਲ ਹੈ। ਗੁਰਦਾਸਪੁਰ ਵਿੱਚ ਕਿਹਾ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ 70 ਏਕੜ ਫਸਲ ਤਬਾਹ ਹੋਈ, ਜਿਸ ਤੋਂ ਬਾਅਦ ਨਾਰਾਜ਼ ਕਿਸਾਨਾਂ ਨੇ ਬਿਜਲੀ ਮਹਿਕਮੇ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਵੀ ਕੀਤੀ। ਹੁਣ ਮੰਨਿਆ ਜਾ ਰਿਹਾ ਹੈ ਕਿ ਕੱਲ੍ਹ ਜਦੋਂ ਸਨੀ ਦਿਓਲ ਆਏਗਾ ਤਾਂ ਇਹ ਕਿਸਾਨ ਸਨੀ ਦਿਓਲ ਨੂੰ ਵੀ ਇਹ ਪੁੱਛਣਗੇ ਕਿ ਤੁਸੀਂ ਸਾਡੇ ਲਈ ਕੀ ਕਰਨਾ। ਵਿਪਤੀ ਆ ਰਹੀ ਜੀ, ਤਾਰਾਂ ਦੀ ਸਪਾਰਕ ਹੋਈ ਆ, ਤਵਾ ਤਾਰਾਂ ਦੀ ਸਪਾਰਕ ਦੇ ਨਾਲ ਜਿਹੜੀ ਇਹ ਅੱਗ ਲੱਗੀ ਹੈ ਅਤੇ ਅੱਗ ਲੱਗਣ ਕਾਰਨ ਕਿਸਾਨਾਂ ਭਰਾਵਾਂ ਦੇ ਘੱਟ ਤੋਂ ਘੱਟ 70-80 ਕਿੱਲੇ ਜਿਹੜੇ ਉਹ ਰਿਆਲੀ ਕਲਾਂ ਦੇ ਵਿੱਚੋਂ ਸੜ ਚੁੱਕੇ ਨੇ ਅਤੇ ਜਿਹਨਾਂ ਦੇ ਮੌਕੇ 'ਤੇ SDM ਸਾਹਿਬ, ਪਟਵਾਰੀ ਸਾਹਿਬ, ਤਹਿਸੀਲਦਾਰ ਸਾਹਿਬ ਮੌਕੇ 'ਤੇ ਆਏ ਹੈ ਅਤੇ ਇਹਨਾਂ ਆ ਕੇ ਮੌਕਾ ਦੇਖਿਆ ਵਾ ਅਤੇ ਸਾਡੇ ਕਿਸਾਨ ਭਰਾਵਾਂ ਦੀ ਮੰਗ ਆ ਕਿ ਜਿਹੜੀ ਸਾਡੀ ਰੋਜ਼ੀ ਰੋਟੀ ਆ, ਸਾਡੀ ਜਿਹੜੀ ਖੁਸ਼ਗੀ ਆ, ਇਹ ਕਿਰਪਾ ਕਰਕੇ ਸਾਡੇ 'ਤੇ ਮਿਹਰਬਾਨੀ ਕੀਤੀ ਜਾਵੇ ਅਤੇ ਸਾਡੇ ਕਿਸਾਨ ਭਰਾਵਾਂ ਨੂੰ ਜਿਹੜਾ ਮੁਆਵਜ਼ਾ ਜਿਹੜਾ ਪੂਰਾ ਕੰਪਲੀਟ ਜਿਹੜਾ ਦਿੱਤਾ ਜਾਵੇ। ਨੁਕਸਾਨ ਹੋਇਆ ਜੀ, ਅੱਜ ਨਾ ਸਾਨੂੰ ਮੈਸੇਜ ਮਿਲਿਆ ਸੀ ਕਿ ਰਿਆਲੀ ਕਲਾਂ ਦੇ ਵਿੱਚ ਅੱਗ ਲੱਗੀ ਹੈਗੀ, ਅਸੀਂ ਇੱਥੇ ਮੌਕੇ 'ਤੇ ਪਹੁੰਚ ਗਏ ਹੈਗੇ ਹਾਂ, ਸਾਡਾ ਫੀਲਡ ਸਟਾਫ ਵੀ ਮੌਕੇ 'ਤੇ ਹੀ ਹੈਗਾ ਆ, ਇਹ ਸਾਰਾ ਅਸੀਂ ਐਸਟੀਮੇਟ ਲਗਾ ਰਹੇ ਹੈਗੇ ਹਾਂ, ਪਟਵਾਰੀ ਕਾਨਗੋ ਜਿਹੜਾ ਸਾਰਾ ਸਰਵੇ ਕਰਕੇ ਸਾਨੂੰ ਰਿਪੋਰਟ ਦੇ ਦਿੰਦੇ ਹਾਂ, ਉਹਦੇ ਅਕੋਰਡਿੰਗ ਜੋ ਵੀ ਨੈਸੈਸਰੀ ਹੈਗਾ ਅਸੀਂ ਐਕਸ਼ਨ ਲੈਣਾ। ਉੱਧਰ ਚੰਡੀਗੜ੍ਹ ਵਿੱਚ ਵੱਖ ਵੱਖ ਮੁਲਾਜ਼ਮਾਂ ਅਤੇ ਕਰਮਚਾਰੀ ਯੂਨੀਅਨ ਵੀ ਆਪਣੇ ਤੇਵਰ ਵਿਖਾਉਣ ਲੱਗੀਆਂ ਨੇ। ਚੋਣਾਂ ਤੋਂ ਪਹਿਲਾਂ ਉਹ ਵੀ ਸਿਆਸੀ ਗੁੱਸਾ ਪ੍ਰਗਟ ਕਰਨ ਦੀਆਂ ਗੱਲਾਂ ਕਰ ਰਹੇ ਨੇ। ਸਮਾਜ ਸੇਵੀ ਸੱਜਣ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨਗੇ। ਉਹਨਾਂ ਕਿਹਾ ਕਿ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਅਤੇ ਠੇਕੇਦਾਰੀ ਸਿਸਟਮ ਬੰਦ ਕਰਨ ਦੀ ਮੰਗ ਕਰਨਗੇ। ਕਰਮਚਾਰੀ ਆਗੂ ਸੱਜਣ ਸਿੰਘ ਨੇ ਹੋਰ ਕੀ ਕਿਹਾ, ਉਹ ਸੁਣਦੇ ਹਾਂ। ਇਸ ਵੇਲੇ ਜਿਹੜੀਆਂ ਮੰਗਾਂ ਹੈ ਬਹੁਤ ਵੱਡੀਆਂ ਮੰਗਾਂ ਹੈ, 1 ਲੱਖ ਦੇ ਕਰੀਬ ਠੇਕੇ 'ਤੇ ਮੁਲਾਜ਼ਮ ਰੱਖਿਆ ਹੋਇਆ, ਜਿਨ੍ਹਾਂ ਨੂੰ ਮਿਨੀਮਮ ਵੇਜ ਵੀ ਨਹੀਂ ਦਿੱਤੀ ਜਾ ਰਹੀ, ਥੋੜ੍ਹੀਆਂ ਥੋੜ੍ਹੀਆਂ ਤਨਖਾਹਾਂ ਅਤੇ ਕੁਝ ਠੇਕੇਦਾਰਾਂ ਰਾਹੀਂ ਕੁਝ ਸਿੱਧੇ, ਯਾਨੀ ਮਿਨੀਮਮ ਵੇਜ ਐਕਟ ਨੂੰ ਵੀ ਸਰਕਾਰ ਨਹੀਂ ਮੰਨਦੀ, ਜਿਹੜਾ ਪਾਰਲੀਮੈਂਟ ਨੇ ਪਾਸ ਕੀਤਾ। ਕੰਟੈਕਟ ਲੇਬਰ ਕੰਟੈਕਟ ਐਕਟ ਨੂੰ ਵੀ ਸਰਕਾਰ ਨਹੀਂ ਮੰਨਦੀ, ਜਿਹੜਾ ਪਾਰਲੀਮੈਂਟ ਨੇ ਪਾਸ ਕੀਤਾ 1970 'ਚ। ਇਸ ਕਰਕੇ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਸਰਕਾਰ ਨਹੀਂ ਮੰਨਦੀ, ਇਹ ਸਾਰੇ ਕਾਸੇ ਨੂੰ ਨਹੀਂ ਮੰਨ ਰਹੀ, ਕਾਨੂੰਨ ਨੂੰ ਮੰਨਦੀ ਉਹ ਨਹੀਂ ਪੰਜਾਬ ਦੀ ਸਰਕਾਰ, ਉਹ ਸਾਰੇ ਕਾਨੂੰਨਾਂ ਨੂੰ ਤੋੜ ਕੇ ਠੇਕੇ ਵਾਲਿਆਂ ਨੂੰ ਥੋੜ੍ਹੀਆਂ ਥੋੜ੍ਹੀਆਂ ਤਨਖਾਹਾਂ 'ਤੇ ਰੱਖ ਕੇ ਇਹਨਾਂ ਨੂੰ ਭੁੱਖੇ ਮਾਰਿਆ ਜਾ ਰਿਹਾ, ਜਿਨ੍ਹਾਂ ਦੀ ਗਿਣਤੀ ਲੋਕਲ ਬੋਡੀਆਂ ਦੇ ਮੁਲਾਜ਼ਮਾਂ ਨੂੰ ਠੇਕੇ ਵਾਲਿਆਂ ਨੂੰ ਵਿੱਚ ਪਾ ਕੇ ਟੋਟਲ 1 ਲੱਖ ਦੇ ਕਰੀਬ ਬਣਦੀ ਆ, ਉਹ ਭੁੱਖੇ ਮਰ ਰਹੇ ਆ। ਅਤੇ ਰੂਲ ਆਗਿਆ ਨਹੀਂ ਦਿੰਦੇ ਵੀ ਉਹਨਾਂ ਨੂੰ ਇੰਨੀਆਂ ਤਨਖਾਹਾਂ ਘੱਟ ਦਿੱਤੀਆਂ ਜਾਣ। ਜੇ ਤੁਸੀਂ ਆਪਾਂ ਸ਼ੁਰੂਆਤ ਇੱਥੋਂ ਹੀ ਕਰ ਰਹੇ, ਤੁਸੀਂ 43 'ਚ ਖੜ੍ਹੇ ਹੋ ਤਾਂ ਇੱਥੋਂ ਦੀ ਜਿਹੜੀ CTU ਹੈ, ਪੰਜਾਬ ਰੋਡਵੇਜ਼ ਹੈ, PRTC ਹੈ, ਇਹ ਤਿੰਨੇ ਹੀ ਸਮਰਥਨ 'ਚ ਨੇ, ਸਪੋਰਟ 'ਚ ਨੇ ਮਰਨ ਵਰਤ ਦੀ। ਥੱਲੇ ਜੇ ਗੱਲ ਕਰੀਏ ਤਾਂ ਚਾਹੇ ਬਿਜਲੀ ਮਹਿਕਮਾ ਹੈ, ਚਾਹੇ ਸਾਰਾ ਮਿਨਿਸਟਰ ਸਟਾਫ ਹੈ, ਠੇਕੇ ਵਾਲੇ ਮੁਲਾਜ਼ਮ ਹਰ ਜਗ੍ਹਾ ਨੇ, ਕਲਾਸ 4 ਮੁਲਾਜ਼ਮ ਹਰ ਜਗ੍ਹਾ ਨੇ, ਇਸ ਤਰ੍ਹਾਂ ਸਾਰਾ ਸਮੁੱਚਾ ਪੰਜਾਬ ਦਾ ਮੁਲਾਜ਼ਮ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਮਰਨ ਵਰਤ ਨਾਲ ਜੁੜਿਆ ਹੋਇਆ, ਕਿਉਂਕਿ ਇਹ ਮਰਨ ਵਰਤ ਕਿਸੇ 1 ਇੰਡੀਵਿਜੁਅਲ ਯੂਨੀਅਨ ਦੀ ਜਾਂ ਕਿਸੇ 1 ਮੰਗ ਨੂੰ ਲੈ ਕੇ ਨਹੀਂ ਹੈ, ਇਹ ਕੋਮਨ ਮੰਗਾਂ ਨੂੰ ਲੈ ਕੇ ਆ। ਜਿਵੇਂ ਸਭ ਤੋਂ ਪਹਿਲੀ ਮੰਗ ਹੈ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ, ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ, ਉਸ ਤੋਂ ਇਲਾਵਾ ਜਿਹੜਾ DA ਦੀ ਕਿਸ਼ਤ ਜਾਰੀ ਕਰਨ ਦੀ। ਅਤੇ ਜਾਂਦੇ ਜਾਂਦੇ ਇੱਕ ਵਾਰੀ ਫਿਰ ਇੱਕ ਨਜ਼ਰ ਇਸ ਵੇਲੇ ਤੱਕ ਦੀਆਂ ਚੋਣਵੀਆਂ ਅਤੇ ਖਾਸ ਖਾਸ ਸੁਰੱਖਿਆ 'ਤੇ। ਨਵਜੋਤ ਕੌਰ ਸਿੱਧੂ ਨੇ ਬਠਿੰਡਾ ਵਿੱਚ ਲਾਇਆ ਡੇਰਾ, ਬਾਦਲਾਂ ਖਿਲਾਫ ਜੰਮ ਕੇ ਕੀਤਾ ਚੋਣ ਪ੍ਰਚਾਰ। ਨਵਜੋਤ ਕੌਰ ਸਿੱਧੂ ਦੇ ਨਿਸ਼ਾਨੇ 'ਤੇ ਰਹੇ ਬਾਦਲ, ਉੱਧਰ ਹਰਸਿਮਰਤ ਕੌਰ ਬਾਦਲ ਨੇ ਵੀ ਕਾਂਗਰਸੀਆਂ ਨੂੰ ਲਿਆ ਨਿਸ਼ਾਨੇ 'ਤੇ।
ਬਠਿੰਡੇ ਦੀ ਚੋਣ ਲੜਾਈ ਹੋਰ ਪੱਕੀ। ਸੰਨੀ ਦਿਓਲ ਪੁੱਜੇ ਅੰਮ੍ਰਿਤਸਰ 1 ਮਈ ਨੂੰ। ਅੰਮ੍ਰਿਤਸਰ ਆਉਣ ਤੋਂ ਬਾਅਦ ਸੰਨੀ ਦਿਓਲ ਦਾ ਪ੍ਰੋਗਰਾਮ ਹੋਇਆ ਜਾਰੀ। 2 ਮਈ ਨੂੰ ਕੱਢਣਗੇ ਰੋਡ ਸ਼ੋਅ, ਡੇਰਾ ਬਾਬਾ ਨਾਨਕ ਵਿਖੇ ਟੇਕਣਗੇ ਮੱਥਾ। ਅਮਰੀਕਾ ਵਿੱਚ ਕਤਲ ਕੀਤੇ ਗਏ ਪਰਿਵਾਰ ਦੇ ਪਿੰਡ ਵਿੱਚ ਸੋਗ ਦਾ ਮਾਹੌਲ, ਰਿਸ਼ਤੇਦਾਰ ਵੀ ਨੇ ਦੁਖੀ, ਹਰ ਕੋਈ ਕਰ ਰਿਹਾ ਪੂਰੇ ਮਾਮਲੇ ਦੇ ਖੁਲਾਸਾ ਹੋਣ ਦਾ ਇੰਤਜ਼ਾਰ। ਅਨੰਦਪੁਰ ਸਾਹਿਬ ਵਿਖੇ ਮਨੀਸ਼ ਤਿਵਾੜੀ ਅਤੇ ਚੰਦੂ ਮਾਜਰਾ ਵਿਚਾਲੇ ਪੱਖੀ ਜ਼ੁਬਾਨੀ ਜੰਗ। ਚੰਦੂ ਮਾਜਰਾ ਮਨੀਸ਼ ਤਿਵਾੜੀ ਨੂੰ ਕਹਿ ਰਿਹਾ ਜੁਗਾੜੀ, ਤਾਂ ਮਨੀਸ਼ ਤਿਵਾੜੀ ਚੰਦੂ ਮਾਜਰਾ ਨੂੰ ਕਹਿ ਰਿਹਾ ਕਮਲੀਆਂ ਮਾਰਨ ਵਾਲਾ ਲੀਡਰ। ਸਿਆਸੀ ਲੜਾਈ ਨੇ ਕੌੜੀਆਂ ਕੀਤੀਆਂ ਜ਼ੁਬਾਨਾਂ। ਪਰਮਿੰਦਰ ਸਿੰਘ ਢੀਂਡਸਾ ਦੀ ਮਾਤਾ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਤਨੀ ਬੀਬੀ ਹਰਜੀਤ ਕੌਰ ਨੇ ਕੀਤਾ ਖੁਲਾਸਾ, ਕਿਹਾ ਸੁਖਦੇਵ ਸਿੰਘ ਢੀਂਡਸਾ ਹੋ ਗਏ ਨੇ ਬਿਮਾਰ, ਚੱਲ ਰਿਹਾ ਇਲਾਜ, ਇਸੇ ਲਈ ਨਹੀਂ ਹੋ ਰਹੇ ਸਿਆਸਤ ਸਰਗਰਮ, ਪਰ ਪੂਰਾ ਟੱਬਰ ਪਰਮਿੰਦਰ ਢੀਂਡਸੇ ਦੇ ਨਾਲ। ਢੀਂਡਸੇ ਦੀ ਪਤਨੀ ਨੇ ਦਫ਼ਤਰ ਦਾ ਕੀਤਾ ਉਦਘਾਟਨ। ਅਮਰੀਕਾ ਤੋਂ ਵੱਡੀ ਗਿਣਤੀ ਵਿੱਚ ਪੁੱਜੇ NRI। ਕਾਂਗਰਸ ਦਾ ਦਾਅਵਾ, NRI ਡੈਲੀਗੇਸ਼ਨ ਕਰੇਗਾ ਕਾਂਗਰਸ ਲਈ ਪ੍ਰਚਾਰ। USA ਕਾਂਗਰਸ ਤੋਂ ਮਨਜਿੰਦਰ ਸਿੰਘ ਗਿਲਜੀਆਂ ਅਤੇ ਬਲਵਿੰਦਰ ਸਿੰਘ ਗੁਰਦਾਸਪੁਰੀ ਵੀ ਪੁੱਜੇ। ਪੰਜਾਬ ਅਤੇ ਹਰਿਆਣਾ ਵਿੱਚ NRI ਕਰਨਗੇ ਚੋਣ ਰੈਲੀਆਂ। ਦਿੱਲੀ ਕਾਂਗਰਸ ਦੇ ਦਫ਼ਤਰ ਤੋਂ NRIs ਨਾਲ ਭਰੀ ਬੱਸ ਕੀਤੀ ਰਵਾਨਾ। ਅਰਵਿੰਦ ਕੇਜਰੀਵਾਲ ਦੀ ਬੱਸ ਦਾ ਪੰਜਾਬ 'ਚ ਹਲੇ ਇੰਤਜ਼ਾਰ। ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇੰਨਾ ਹੀ। ਨਵੀਆਂ ਅਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫਿਰ ਮੁਲਾਕਾਤ ਹੋਏਗੀ। ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ। ਧੰਨਵਾਦ।